ਡੈਡੀ ਮੈਂ ਤੋਂ ਨੀ ਥੱਲੇ ਬਹਿ ਕੇ ਧਾਰਾ ਨਿਕਲਦੀਆਂ, ਗੋਡੇ ਦੁਖਦੇ ਆ ਮੇਰੇ, ਆਪੇ ਗੜ ਲੋ। ਜੇ ਤੇਰੇ ਗੋਡੇ ਦੁਖਦੇ ਤਾਂ ਮੱਝ ਨੂੰ ਬੇਨਤੀ ਕਰਾਂ ਬਈ ਉਹ ਗੋਡਿਆਂ ਭਰ ਬਹਿ ਕੇ ਦੁੱਧ ਦੇਵੇ ਤੈਨੂੰ। ਨਾ ਕੰਮ ਵੇਲੇ ਤੇਰੇ ਹੱਡ ਗੋਡੇ ਦੁਖਣ ਲੱਗ ਜਾਂਦੇ ਆ, ਉਹ ਸਾਰਾ ਦਿਨ ਚਿੰਦਾਲ ਚੌਂਕੜੀ ਦੇ ਨਾਲ ਕੌਲੇ ਕੱਸਦਾ ਰਹਿੰਦਾ, ਉਦੋਂ ਨੀ ਤੇਰਾ ਕੁਛ ਦੁਖਦਾ। ਆ ਗਏ ਮੰਮੀ ਜੀ, ਮੈਂ ਵੀ ਸੋਚੀ ਜਾਂਦਾ ਵੀ ਮੈਨੂੰ ਬੇਇੱਜ਼ਤੀ ਮਹਿਸੂਸ ਕਿਉਂ ਨਹੀਂ ਹੋ ਰਹੀ, ਆਖਿਰ ਘਾਟ ਕਿਸ ਚੀਜ਼ ਦੀ ਹੈ? ਛਿੱਤਰਾਂ ਦੀ ਘਾਟ ਆ ਤੈਨੂੰ, ਕੱਲੀਆਂ ਗਾਲਾਂ ਨਾਲ ਤੇਰਾ ਕੀ ਬਣਦਾ। ਨਾ ਤੁਸੀਂ ਦੋਨਾਂ ਨੇ ਸਕੀਮ ਲਾ ਕੇ ਜੰਮਿਆ ਮੈਨੂੰ ਵੀ ਇੱਕ ਇਹੋ ਜਿਹਾ ਮੁੰਡਾ ਜੰਮੀਏ ਜਿਹਦੀ ਦਿੜਾ ਦੱਬ ਕੇ ਬੇਇੱਜ਼ਤੀ ਕਰੀਏ, ਕਿਵੇਂ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਜਲੀਲ ਕਰਨ ਲੱਗੇ ਹੋ? ਜੇ ਇੰਨੀ ਮਿਹਨਤ ਮੇਰੇ ਵਿਆਹ ਤੇ ਕੀਤੀ ਹੁੰਦੀ ਹੁਣ ਨੂੰ ਮੈਂ ਜਵਾਕ ਚੱਲੇ ਵਾਲਾ ਹੁੰਦਾ। ਉਹ ਜਵਾਕ ਚੱਲੇ ਨੂੰ ਤੂੰ ਵੇਲੜ ਖਵਾਉਂਦਾ ਕੀ ਕੱਦੂ? ਤੁਸੀਂ ਬੜਾ ਮੈਨੂੰ ਸ਼ਾਹੀ ਪਨੀਰ ਦੇ ਦੇ ਕੇ ਤੋੜਦੇ ਸੀ ਸਕੂਲਾਂ ਨੂੰ, ਉਹ ਮੈਂ ਤਾਂ ਨਾਲ ਦੇ ਜਵਾਕਾਂ ਦੀਆਂ ਸਲੇਟੀਆਂ ਖਾ ਖਾ ਕੇ ਪੰਜਵੀਂ ਪੂਰੀ ਕੀਤੀ ਹੈ। ਹੁਣ ਗਾਲਾਂ ਖਾ ਕੇ ਜੂਨ ਪੂਰੀ ਕਰੇਗਾ ਤੂੰ? ਸ਼ਾਬਾਸ਼ ਮੇਰੀ ਜੂਨ ਪੂਰੀ ਕਰਿਓ, ਸੇਵਿਆ ਚੰਦ ਆਪ ਨਾ ਪੂਰੇ ਹੋਇਓ। ਉਹ ਰਾਣੀਏ ਆ ਦੇਖ ਲੈ ਇਹਨਾਂ ਲੈ ਕਲਾਦ ਕੀ ਭੋਗ ਰਹੀ ਹੈ, ਮੈਂ ਆਪਣੇ ਪਿਓ ਦੇ ਅੱਗੇ ਕਦੇ ਮੂੰਹ ਨਹੀਂ ਸੀ ਖੋਲਿਆ। ਦੱਦ ਦਾ ਸਿਰ ਪੜ ਕੇ ਤਾਂ ਪੈਲੀ ਨੌਨ ਲਵਾਈ ਸੀ, ਸਾਰਾ ਪਿੰਡ ਜਾਣਦਾ ਮੂੰਹ ਕੀ ਖੋਲਣਾ ਜਦ ਦੱਦ ਦਾ ਸਿਰ ਹੀ ਖੋਲਦਾ। ਪਿਓ ਦਾ ਤਾਂ ਨਹੀਂ ਮੈਂ ਸਿਰ ਖੋਲਿਆ, ਪਰ ਅੱਜ ਮੈਂ ਤੇਰਾ ਸਿਰ ਜ਼ਰੂਰ ਖੋਲਦਾ ਗਾ। ਖੜ ਜਾ ਮੈਨੂੰ ਕਿੱਲਾ ਪੱਟ ਲੈਣ ਦੇ। ਉਹ ਜਾਣ ਦੋ ਜਾਣ ਦੋ ਡੈਡੀ, ਮੈਂ ਜਾਣਦਾ ਤੁਹਾਨੂੰ ਵੱਡੇ ਸਨੀ ਦੇ ਉੱਲੂ, ਐਵੇਂ ਕੋਈ ਨਾਲ ਨਾ ਚੜਾ ਲਿਓ। ਓ ਰਾਣੀਏ ਕਦੀ ਟੁਲਿਆ ਕੋਈ ਲੱਭ ਕੇ ਅੱਜ ਮੈਂ ਇਹਦਾ ਸਿਰ ਪਾਲ ਨਹੀਂ ਪਾਲਦਾ। ਪਹਿਲਾਂ ਤਾਂ ਇੱਕ ਜਣਾ ਇਹਨੂੰ ਇੱਟ ਲੱਭ ਕੇ ਦੇਣ ਵਾਲਾ ਚਾਹੀਦਾ, ਤਾਂ ਇਹ ਕਿਸੇ ਦਾ ਸਿਰ ਪਾੜੂ। ਨਾ ਤੂੰ ਆਪਦੀ ਲਾਦ ਨਾਲੋਂ ਘੱਟ ਆਲਸੀ ਹੈ, ਜਿਹੋ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ। ਮੈਂ ਕੁੜੀ ਵਾਲਿਆਂ ਨੇ ਜਾਣਾ, ਘੱਟੋ ਘੱਟ ਉਹਨਾਂ ਨੂੰ ਫੋਨ ਕਰਕੇ ਕੱਲ੍ਹ ਦਾ ਟਾਈਮ ਤਾਂ ਪੁੱਛ ਲੈ। ਪੁੱਛਦਾ ਪੁੱਛਦਾ ਲਿਆ ਫੋਨ ਫੜਾ ਫਿਰ ਮੈਨੂੰ। ਮੇਰਾ ਤਾਂ ਜੀ ਕਰਦਾ ਨਾ ਮੈਂ ਤੈਨੂੰ ਹੀ ਫੜਾ ਦਿਆਂ ਕਿਸੇ ਨੂੰ, ਸਾਰਾ ਦਿਨ ਪਹਿਲਾਂ ਮੰਜੇ ਤੋੜਨ ਨੂੰ। ਇਹ ਸ਼ੁਰੂ ਮੁੰਡੇ ਤੋਂ ਹੁੰਦੀ ਹੈ, ਫਿਰ ਬਾਅਦ ਵਿੱਚ ਚਾਰੇ ਪੈਰ ਚੱਕ ਕੇ ਪੈ ਮੈਨੂੰ ਜਾਂਦੀ ਹੈ।